Obviamente covariamo sempre con il ਪਾਕ ਪਵਿੱਤਰ ਸਰਜ਼ਮੀਨ ਜਿੱਥੇ ਬਾਬਾ ਹਾਜੀ ਰਤਨ ਜੀ ਵਰਗੇ ਮਹਾਨ ਹਸਤੀਆਂ ਬਾਬਾ ਭੁੱਖੜਦਾਸ ਜੀ ਔਰ ਜਿੰਨੇ ਵੀ ਪਾਕ ਪਵਿੱਤਰ ਪੂਜਨਯੋਗ ਸਥਾਨ ਨੇ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਮੁਰੀਦਾਂ ਦੇ ਉਹਨਾਂ ਸਭ ਸੱਚੇ ਦਰਬਾਰਾਂ ਨੂੰ ਬਹੁਤ ਬਹੁਤ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਕਿਉਂਕਿ ਕਹਿੰਦੇ ਹੈ ਕਿ ਜਿਸ ਨਗਰ ਖੇੜੇ ਵਿੱਚ ਜਾਈਏ ਉਸ ਨਗਰ ਖੇੜੇ ਨੂੰ ਪਹਿਲਾਂ ਪ੍ਰਣਾਮ ਕਰਨਾ ਚਾਹੀਦਾ ਹੈ ਉਸ ਗ੍ਰਾਮ ਦੇਵਤਾ ਗ੍ਰਹਿ ਦੇਵਤਾ ਨੂੰ ਪ੍ਰਣਾਮ ਕਰਨਾ ਚਾਹੀਦਾ ਫਿਰ ਭਲੀ ਕਰਦਾ ਰੱਬ ਕਰਦਾ ਵੀ ਹੈ ਕਿਉਂ ਜਿਸ ਨੇ ਰਖਵਾਲਿਆਂ ਨੂੰ ਜਿਸਦੇ ਮੋਹਰੀਆਂ ਨੂੰ ਤੁਸੀਂ ਸਲਾਮ ਕਰਦੇ ਹੋ ਕਹਿੰਦੇ ਵੀ ਚੱਲ ਵੀ ਅੰਦਰ ਜਾ ਕੋਈ ਮਿਲਦਾ ਮੁੰਡਾ ਮਾਡਰਨ ਸੋਚਦਾ ਅੱਜ ਕੱਲ੍ਹ ਦਾ ਛੇਤੀ ਕਿਵੇਂ ਨਾ ਕਿਵੇਂ ਅਮੀਰ ਬਣ ਜਾਂ ਕੁੜੀ ਸ਼ੀਸ਼ੇ ਦੇ ਮੂਹਰੇ ਸੋਚਦੀ ਆ ਉਸ ਰਾਂਝੇ ਅਮੀਰ ਦੀ ਹੀਰ ਬਣ ਜਾ ਮਾਂ ਸੋਚਦੀ ਹੈ ਨੂੰਹ ਜੇ ਵਿਆਹ ਲਿਆ ਹੁਕਮ ਕਰਾਂ ਤੇ ਸੱਸ ਅਖੀਰ ਬਣ ਜਾ ਸੱਸ ਅਖੀਰ ਬਣ ਜਾ ਬਾਪੂ ਸੋਚਦਾ ਖਸਮਾਂ ਨੂੰ ਖਾਣ ਬੱਚੇ ਟਿਕਟ ਮਿਲੇ ਤੇ ਮੈਂ ਵਜ਼ੀਰ ਬਣ ਜਾ ਇਸ ਨੋਟਾਂ ਤੇ ਵੋਟਾਂ ਦੇ ਦੌਰ ਅੰਦਰ ਕੌਣ ਸੋਚਦਾ ਮੈਂ ਫਕੀਰ ਬਣ ਜਾ ਪਰ ਸਦਕੇ ਜਾਵਾਂ ਸਾਈਂ ਦੇ ਸੇਵਾ ਕੀਤੀ ਉਹਨਾਂ ਜੁੱਤੀਆਂ ਨੂੰ ਜਿਹਨਾਂ ਨੇ ਮਾਪਿਆਂ ਨੇ ਖਾਧੀਆਂ ਉਹ ਤਰ ਗਏ ਜਿਹਨਾਂ ਨੇ ਉਸਤਾਦਾਂ ਦੀਆਂ ਜੁੱਤੀਆਂ ਖਾਧੀਆਂ ਉਹ ਤਰ ਗਏ ਜਿਹਨਾਂ ਨੇ ਗੁਰੂ ਦੀਆਂ ਜੁੱਤੀਆਂ ਉਹ ਖਾਧੀਆਂ ਉਹ ਤਰ ਗਏ ਜਿਹਨਾਂ ਨੇ ਘਰ ਵਾਲੀ ਦੀਆਂ ਖਾਧੀਆਂ ਉਹ ਵੀ ਤਰ ਗਏ ਬਾਕੀ ਮਰ ਗਏ ਆਸ਼ਕਾਂ ਸਿਰ ਮੇਰਾ ਆਸ਼ਕਾਂ ਦਾ ਪਿੰਡਾ ਪਿੰਡਾ ਮੇਰਾ ਆਸ਼ਕਾਂ ਦਾ ਪਿੰਡਾ ਮੇਰਾ
हमेशा एक है।